बहुत ही सत्कार योग किसान साथियों, तुहाडा साडे यूट्यूब चैनल उत्तम खेती पंजाब दे स्वागत है। मैं डॉक्टर अमरीक सिंह, जिला सिखलाई अफसर गुरदासपुर। जिवें कि तुहानूं पता है कि असीं वख-वख समें ते वख-वख विशेआं नाल संबंधित जानकारी तुहाडे नाल सांझी करदे रहिंदे आ। इहदे नाल नाल कुछ जिहड़े साडे गांव वधू किसान ने जिहड़े कि अपने खेती दे विच कुछ विलक्षण काम करदे ने, जिन्हां दे तजर्बे जिहड़े तुहाडे नाल उह वी सांझे करदे रहिंदे आ। सो अज साडे नाल कलानौर निवासी बाज बहादुर सिंह, जिहड़े कि पिछले लंबे समय तो सुके कद्दू दे विच झोने की बिजाई कर रहे ने। इस दे नाल नाल जिहड़ी सरफस सीडिंग है, जिहड़ी मलचिंग टेक्नीक है, उहदे नाल जिहड़ी कणक की जिहड़ी बिजाई जिहड़ी उह कर रहे ने। वातावरण प्रेमी ने, क्योंकि इहनां दा तां कहना इह आ कि मैं पिछले लंबे समय तो जिहड़ा वा पराली नूं जिहड़ी अग नहीं लाई, वातावरण के रखवाले ने। सो अज इन्हां नाल गलबात करांगे कि जिहड़ी सरफस सीडिंग टेक्नीक है, मलचिंग टेक्नीक जिहनूं आपां कहिंदे ने, क्योंकि जो पिछले लंबे 5-6 साल तो देखिए तो काफ़ी फार्मर जिहड़े पंजाब च कर रहे ने। हुण पंजाब खेतीबाड़ी यूनिवर्सिटी वल्लों कुछ रिफाइनमेंट करके, कोई वैलिडेशन करके, ये जिहड़ी नवीं तकनीक जिहड़ी आ सरफस सीडिंग जिहड़ी आ उहदी सिफारिश कीती आ। सो इस तकनीक की महत्ता जी तां वी होर वध जांदी आ, जदों ਇਹ ਦਿਨਾਂ ਦੇ ਵਿੱਚ ਬਰਸਾਤਾਂ ਪਈਆਂ ਨੇ, ਬਾਰਿਸ਼ਾਂ ਹੋਈਆਂ ਨੇ, ਅਤੇ ਅਜੇ ਸਾਡੀ ਜਿਹੜੀ ਤੁਹਾਡੀ ਕਟਾਈ ਜਿਹੜੀ ਹੈ, ਝੋਨੇ ਦੀ ਕਟਾਈ ਜਿਹੜੀ ਆ ਉਹ ਰੁਕ ਗਈ ਆ। ਰੁਕਣ ਦੇ ਨਾਲ ਜਿਹੜੇ ਕਿ 4-5 ਦਿਨ ਦਾ ਕਿ ਮੇਰਾ ਖਿਆਲ ਅਜੇ ਤੱਕ ਜਿਹੜਾ ਵਾ ਉਹ ਸਾਡੀ ਜਿਹੜੀ ਆ ਉਹ ਕੰਬਾਈਨ ਚਲਾਉਣ ਦੇ ਵਿੱਚ ਜਿਹੜਾ ਵਾ ਉਹ ਔਖਾਈ ਹੋਏਗੀ। ਕੁਛ ਤਾਂ ਉੱਚੀਆਂ ਪੈਣੀਆਂ ਜਿੱਥੇ ਨੇ ਉੱਥੇ ਚੱਲ ਸਕਦੀ ਆ, ਪਰ ਜਿਹੜੀ ਤੁਹਾਡੀ ਨੀਵੀਆਂ ਨੇ ਉੱਥੇ ਪ੍ਰੋਬਲਮ ਆਏਗੀ। ਸੋ ਉਹਦੇ ਵਿੱਚ ਸਾਡਾ ਜਿਹੜਾ ਵਿੰਡੋ ਪੀਰੀਅਡ ਆ ਕਣਕ ਬਿਜਾਈ ਦਾ ਅਤੇ ਝੋਨੇ ਦੀ ਕਟਾਈ ਦੇ ਵਿੱਚ ਉਹ ਘੱਟ ਜੂਗਾ। ਸੋ ਉਹਦੇ ਨਾਲ ਕਿਸਾਨਾਂ ਕੋਲ ਮਸ਼ੀਨਰੀ ਤਾਂ ਇਸ ਵੇਲੇ ਬਹੁਤ ਆ, ਬੇਲਿੰਗ ਵੀ ਹੈਗੀ ਆ, ਸੁਪਰ ਸੀਡਰ ਵੀ ਹੈਗਾ, ਹੈਪੀ ਸੀਡਰ ਵੀ ਹੈਗਾ, ਪਰ ਜੇਕਰ ਅਸੀਂ ਟਾਈਮ ਸਿਰ ਜਿਹੜੀ ਬਿਜਾਈ ਕਰਨੀ ਆ ਤਾਂ ਫਿਰ ਇਹ ਤਕਨੀਕ ਜਿਹੜੀ ਹੈ ਬਹੁਤ ਵਧੀਆ ਕਾਰਗਰ ਸਾਬਤ ਹੋਏਗੀ, ਵੀ ਆਪਾਂ ਉਹਨੂੰ ਜਿਹੜਾ ਵਾ ਇੱਕ ਮਲਚਿੰਗ ਟੈਕਨੀਕ ਦੇ ਨਾਲ ਜਿਹੜਾ ਵਾ ਉਹ ਉਸੇ ਵੇਲੇ ਆਪਾਂ ਨਾਲ ਹੀ ਕਟਾਈ ਕੀਤੀ ਆ, ਜੇ ਉਹ ਜੇ ਬੱਤਰ ਹੈਗਾ ਤਾਂ ਉਸੇ ਵੇਲੇ ਆਪਾਂ ਜਿਹੜੀ ਬਿਜਾਈ ਕਰ ਦਈਏ। ਸੋ ਇਹਦੇ ਨਾਲ ਇੱਕ ਤਾਂ ਜਿਹੜਾ ਟਾਈਮ ਬਚੂਗਾ, ਇੱਕ ਜਿਹੜਾ ਸਾਡੇ ਜਿਹੜੇ ਖਰਚੇ ਘਟਣਗੇ। ਸੋ ਇਹਦੇ ਬਾਰੇ ਜਿਹੜੀ ਇਸ ਤਕਨੀਕ ਬਾਰੇ ਸਰ ਬਾਜ ਬਹਾਦਰ ਸਿੰਘ ਨਾਲ ਗੱਲ ਕਰਦੇ ਹਾਂ ਕਿ ਇਹ ਜਿਹੜੀ ਪਿਛਲੇ 2-3 ਸਾਲ ਤੋਂ ਕਰ ਰਹੇ ਆ, ਇਹਨਾਂ ਦਾ ਕੀ ਤਜਰਬਾ ਵਾ, ਕਿਉਂਕਿ ਅਜੇ ਨਵੇਂ ਜਿਹੜੇ ਕਿਸਾਨ ਜਿਨ੍ਹਾਂ ਨੂੰ ਇਹਨਾਂ ਇਸ ਤਕਨੀਕ ਬਾਰੇ ਪਤਾ ਨਹੀਂ ਹੈਗਾ, ਉਹਨਾਂ ਦੇ ਬਹੁਤ ਤੌਖਲੇ ਨੇ ਕਿ ਆਪਾਂ ਇਹ ਪਤਾ ਨਹੀਂ ਹੋਏਗੀ ਕਿ ਨਹੀਂ ਹੋਏਗੀ, ਕਾਮਯਾਬ ਹੋਏਗੀ ਕਿ ਨਹੀਂ ਹੋਏਗੀ। ਸੋ ਇਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ, ਕਿਉਂਕਿ ਇਹ ਜਿਹੜੇ ਆ 16 ਕਿੱਲੇ ਦੇ ਵਿੱਚ ਵੀ ਦੱਸਣਗੇ ਵੀ 16 ਕਿੱਲੇ ਦੇ ਵਿੱਚ ਇਸ ਵਾਰੀ ਜਿਹੜੀ ਬਿਜਾਈ ਕਰਨ ਜਾ ਰਹੇ ਆ। ਸੋ ਬਾਜ ਬਹਾਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਸੋ ਇਹ ਦੱਸੋ ਵੀ ਆਪਾਂ ਇੱਕ ਕਿੰਨੇ ਸਮ ਜਿਹੜੀ ਆਪਣੀ ਖੇਤੀ ਕਰ ਰਹੇ ਹਾਂ, ਕਿੰਨੇ ਏਕੜ 'ਚ ਕਰ ਰਹੇ ਹਾਂ, ਥੋੜ੍ਹਾ ਜਿਹਾ ਆਪਣੀ ਬੈਕਗਰਾਉਂਡ ਬਾਰੇ ਦੱਸੋ। ਡਾਕਟਰ ਸਾਹਿਬ, ਇੱਕ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੇ ਨਾਲ ਬੈਠਣ ਦਾ ਮੌਕਾ ਮਿਲਿਆ ਅਤੇ ਅਸੀਂ ਆਪਣੇ ਆਪ ਨੂੰ ਚਲੋ ਖੁਸ਼ਕਿਸਮਤ ਸਮਝਦੇ ਹਾਂ। ਅਤੇ ਇਹਦੀ ਜਿਹੜੀ ਮਲਚਿੰਗ ਵਾਲੀ ਜਾਂ ਆਪਣਾ ਕਿੰਨੇ ਸਮੇਂ ਤੋਂ ਖੇਤੀ ਕਰ ਰਹੇ ਹਾਂ, ਉਹਦੇ ਪਿਛੋਕੜ ਦਾ ਇਸ ਤਰ੍ਹਾਂ ਕਿ ਸਾਡੇ ਅਸੀਂ 2 ਬ੍ਰਦਰ ਹਾਂ। ਵੱਡੇ ਬ੍ਰਦਰ ਮੇਰੇ ਇਸ ਵੇਲੇ ਮੋਹਾਲੀ 'ਚ ਨੇ, ਉਹ ਪਹਿਲਾਂ ਪੁਲਿਸ ਕਮਿਸ਼ਨਰ ਦੀ ਐਜ ਅਸਿਸਟੈਂਟ ਪੁਲਿਸ ਕਮਿਸ਼ਨਰ ਦੀ ਪੋਸਟ 'ਤੇ ਸੀਗੇ, ਅਤੇ ਉਸ ਤੋਂ ਬਾਅਦ ਉਹ ਰਿਟਾਇਰ ਹੋਣ ਤੋਂ ਬਾਅਦ ਮੋਹਾਲੀ ਆ ਗਏ। ਮੋਹਾਲੀ ਵਿੱਚ ਇਸ ਤੋਂ ਵਕੀਲ ਦੀ ਆਪਣੀ ਡਿਊਟੀ ਨਿਭਾ ਰਹੇ ਨੇ, ਅਤੇ ਉਹਨਾਂ ਦੀ ਔਰ ਮੇਰੀ ਜ਼ਮੀਨ ਇੱਥੇ ਇਕੱਠੀ ਹੈ। ਠੀਕ ਹੈ, ਲਗਭਗ 16-17 ਕਿੱਲੇ ਜ਼ਮੀਨ ਹੈ, ਅਤੇ ਇਹ ਸਾਰੀ ਦੀ ਖੇਤੀ ਮੈਂ ਹੀ ਕਰਦਾ। ਹਾਂਜੀ, ਅਤੇ ਇਹਦੀ ਜਿਹੜੀ ਇਸ ਸਰਫਿੰਗ ਜਿਹੜੀ ਤੁਹਾਡੀ ਮਲਚਿੰਗ ਟੈਕਨੀਕ ਹੈ, ਇਹ ਤੁਹਾਨੂੰ ਪਹਿਲੀ ਵਾਰੀ ਆਪਾਂ ਕਿਵੇਂ ਇਸ ਪਾਸੇ ਮੁੜੇ? ਇਹ ਮਲਚਿੰਗ ਵੀ ਇਸ ਤਰ੍ਹਾਂ ਸੀਗਾ ਕਿ ਮੇਰਾ ਇੱਕ ਫਰੈਂਡ ਹੈ ਜੀ ਲੁਧਿਆਣੇ ਜਗਰਾਉਣ ਲੱਗੇ, ਮੈਨੂੰ ਕੋਈ ਨਾ ਸਕਿਨ ਦੀ ਪ੍ਰੋਬਲਮ ਹੋ ਗਈ ਸੀ, ਅਤੇ ਅਸੀਂ ਉਹਨੂੰ ਵੀ ਸੀਗੀ, ਆਪਾਂ ਇਕੱਠੇ ਇੱਕ ਜਗ੍ਹਾ ਮਿਲੇ ਸੀਗੇ, ਪਤੰਜਲੀ ਗਏ ਸੀ ਆਪਾਂ ਇਲਾਜ ਕਰਾਉਣ ਵਾਸਤੇ। ਅੱਛਾ, ਅਤੇ ਉਹ ਖੇਤੀ ਨਾਲ ਸੰਬੰਧਿਤ ਸੀ, ਅਤੇ ਉਹਦੇ ਨਾਲ ਮੇਰੀ ਗੱਲ ਹੋਈ, ਗੱਲਾਂ ਬਾਤਾਂ ਇੱਥੇ ਬੈਠਿਆਂ ਕਰਦਿਆਂ ਕਰਦਿਆਂ, ਅਤੇ ਉਹ ਕਹਿੰਦਾ ਸੀ ਕਿ ਮਲਚਿੰਗ ਵਾਲੀ ਤਕਨੀਕ ਤੁਸੀਂ ਅਪਣਾ ਕੇ ਵੇਖੋ, ਉਹ ਮਤਲਬ ਕਿ ਬਹੁਤ ਸਸਤੀ ਹੈ, ਬਹੁਤ ਵਧੀਆ। ਇਹ ਸ਼ਾਇਦ ਕਪੂਰਥਲਾ ਏਰੀਆ 'ਚ ਜਿਹੜੇ ਗਿਆਨ ਸਿੰਘ ਸੀ ਉਹਨਾਂ ਨੇ ਇਸ ਤਰ੍ਹਾਂ ਦੇਖਿਆ ਸੀ, ਇਹਨੂੰ ਗਿਆਨ ਵਿਧੀ ਵੀ ਕਹਿੰਦੇ। ਅਤੇ ਮੈਂ ਇਸ ਤਰ੍ਹਾਂ ਹੀ ਜ਼ਿਮੀਂਦਾਰਾਂ ਵਾਂਗੂ ਡਰਦਾ ਹੀ ਸੀਗਾ ਵੀ ਪਤਾ ਨਹੀਂ ਸਮੇਂ ਮਾਰ ਹੀ ਨਾ ਹੋ ਜਾਵੇ, ਅਤੇ ਮੈਨੂੰ ਇਸ ਤਰ੍ਹਾਂ ਹੀ ਉਹਨਾਂ ਨੇ ਗਾਈਡ ਕੀਤਾ ਕਿ ਤੁਸੀਂ ਥੋੜ੍ਹਾ ਜਿਹਾ ਨਾ ਤਜਰਬਾ ਕਰਕੇ ਦੇਖੋ। ਬਿਲਕੁਲ, ਹੁਣ ਜਿਹੜੀ ਆਪਾਂ ਹੁਣ ਨੈਕਸਟ ਜਿਹੜੀ ਕਣਕ ਦੀ ਜਿਹੜੀ ਬਿਜਾਈ ਕਰ ਰਹੇ ਹਾਂ, ਹਾਂਜੀ, ਉਹਦੇ ਵਿੱਚ ਜਿਹੜੀ ਤਕਨੀਕ ਤੁਸੀਂ ਕਹਿ ਰਹੇ ਮਲਚਿੰਗ ਤਕਨੀਕ ਮੈਂ ਜਿਹੜੀ ਸ਼ੁਰੂ ਕੀਤੀ ਆ, ਉਹਦੇ ਬਾਰੇ ਦੱਸੋ, ਉਹ ਕਿਵੇਂ ਕੀਤੀ? ਉਹ ਵੀ ਇਸ ਤਰ੍ਹਾਂ ਹੀ
उस सज्जन नाल मिल जुल करके मल्चिंग की तकनीक बारे भी जानकारी ली तो कोशिश फिर यही की कि पहला आप ट्रायल किया जाए सारी च बीजन नालों क्योंकि हर बंदे दे मन च सोचता यही हुंदी है भी मैं नुकसान कर लवांगा मैं सारी बीज लांगा दे बिल्कुल ते मैं उन्हूं पहले वारी पांच कनालां दे विचे दा तजर्बा कीता सी पांच कनालां दे विच मैं जदों उहदी बासमती दी कटाई कीती है कंबाइन नाल ते दो जां तीन दिन बाद उहदे च मैं बीज दा छट्टा दे दिता खाद दा छट्टा नाल ही मिला के दे के ते मैं आम ही एक जिहड़ा कटण वाला चूहा जिहा हुंदा उह किसे तों फड़ के तो मैं उन्होंने स्लो स्पीड च कट के अपने हिसाब नाल पराली फिर असी दो जने डंडिया नाल एक मैं एक मेरे नाल मेरा भाईवाल काम करदा असी दोवां ने डंडिया नाल सवारी करके तो उन्होंने एक जी सार कर दी भी कोई थां खाली ना रहे कोई कितने ज्यादा ना हो करके उस टाइम ही असी पानी लगाता उस तो बाद असी दो महीने तक कणक नूं कोई पानी नहीं लाया कुछ नहीं किया और मैं ये कणक रखनी सी घर खाने वास्ते पहली गल तो ये थोड़ियां जी ऊणताइया मेरे को ये हो गई सी मैं थोड़ा फर्क लगा कि ये बीज थोड़ा मेरे को घट पै गया थोड़ा पाँच किलो वध पाउणा चाहीदा सी दूसरा ये यूरिया की जिहड़ी किश्त देनी है 30-35 किलो की वह नहीं सी मैं पाई बिल्कुल कुछ तो मैनू इस चीज़ का ज्ञान नहीं सी भी खाद यूरिया नाल पैनी है कि नहीं तो डी ए पी मैं पाती कुछ मेरा मन सीगा कि मैं खाद घट पा के घर खाने वास्ते रखनी ये तो तजर्बा कर दें ते बाद दे विच जद तक कणक पक्की उहदे विच मैं सिर्फ अद्धी बोरी पंज कनालां दे विच यूरिया पाई सी मैं होर कोई खाद पाई नहीं और फिर उहदे विच कोई नदीन नाशक नहीं होया मेरा कोई मैं स्प्रे नहीं कीती नदीन नाशक दी तां इस तरह कणक जिहड़ा दूसरा पानी पहला तां असीं नाल लाता दूसरा पानी उदों लाया सी जदों उहदे पत्ते थोड़े जिहे कमलाउण लगे 2 महीने तक दुपहर नूं उदों मैं दूसरा पानी लाया तीसरे पानी की लोड़ ही नहीं पई लास्ट जाके जो बहुत गर्मी पई उदों थोड़ा जा एक पानी लाता क्योंकि उसकी जमीन थले सिल रही है पराली उत्ते होंगी तो मेरी तो बहुत वधिया मैं कामयाब तकनीक लगी एक तो पैली नूं वाहुणा नहीं एक उहदे च नदीन नहीं होना वह भी फायदा हो जाना एक खर्चा नहीं कोई ज्यादा कोई वड्डी मशीनरी की नहीं लोड़ उहदी भज नठ की नहीं लोड़ तो तुसीं पानी ला के 2 महीने आराम नाल दुबई गेड़ा मारियो भावें सो ये जो जी आप खर्चे की गल करिए क्योंकि नॉर्मल आप बोलने 4-5 हज़ार खर्चा आ जाएगा जो ड्रिल भी करनी हो हाँ जी हाँ जी जहाँ कोई सुपर सीटर हो 2500 रुपया जुर्माना हाँ जी हाँ जी ये खर्चा कितना आ जाएगा ये खर्चा इस तरह की जे तो थोड़ा अपना ट्रैक्टर ज अपना कोई संद हैगा फिर तो 300-400 का डीजल लगता इन्ना की है तो जे तुम किराए से कराने किसी तो वह मोड वढ़ने वाला तो 500-600 रुपया लै ही लेंदा 600 लै ले 700 लै ले 600 इतने की जी चलता हाँ जी सो ये हूँ जोड़ा जी प्लैनिंग है क्योंकि तुम देख लिया तो तजर्बा कर लिया हाँ जी हरेक जिदा आप भी किया हरेक बंद तजर्बा पहले कर लिया हाँ जी हाँ जी ऐसे भी 16 किले झोना खड़ा हो ठीक है जी ये कणक जी आप इसी तकनीक में बीजेंगे या होर किसी तकनीक नहीं मैं तो सारी मेरी कोशिश है कि 100% ही जी मल्चिंग वाली बीजी जाए कि मैनू वो कामयाब लगी बहुत ज़्यादा तो मशीन के वास्ते थोड़ा जा चल रहा जो ज्यादा अगर मिल जाती है क्योंकि जी चूहा कट्टन वाला ना जो पहला मुड़ कटदा वो जी मल्चिंग वाली तकनीक है ये थोड़ा जहा फर्क है क्योंकि वो थोड़े मुड़ ना व्डे छड़ दिंदा ज्यादा लंबे कटदा अगर आप मल्चर ना कर दें तो मल्चर ज्यादा बरीक कर दिंदा तो इन दोनों का विचला जहा मेल चाहिदा सीगा जो अजकल पंजाब सरकार ने सर्फेस सीटर बनाया वो मैं देखिया वो जो ब्लेड सिस्टम लगा वो उन्होंने मीडियम साइज पर रख उसकी स्पीड भी घट है तो वह बहुत ज़्यादा खिलारदा नहीं है तो वो ये तकनीक होर भी ज़्यादा कामयाब है नहीं हूँ तजर्बा दो साल का तजर्बा ये आम करके जो किसान आप गल करते हैं पिंड कहते सुंडी जी है ना गुलाबी सुंडी जी बहुत आई नहीं इस तकनीक दे विच मैनू कोई सुंडी नहीं आई कोई चूहा नहीं आया क्योंकि चूहा तो ये आ ही नहीं सकता जो इनू पानी लग जाता ये पराली मुश्क मार जाती है चूहा ये बढ़ता ही नहीं बिल्कुल यदि पक्की गल है तो सुंडी पैंदी है जिहड़ी सुपर सीडर आप बीजने ना उहदे नाल पैंदी जिहड़ी मिट्टी दे विच पराली दबी जाती है उपर वाली पराली दे विच असीं कोई कणक नूं सुंडी लगी नहीं देखी कोई पीला बूटा नहीं देखिया सो ये हूँ जिदा पिछले साल बरसात बहुत पई है हाँ जी
ਤੇ ਆਮ ਜਿਹੜੀ ਕਣਕ ਬੀਜੀ ਕਾਫੀ ਡਿੱਗ ਪਈਆਂ ਸੀ, ਚਲੋ ਝਾੜ ਤੇ ਵਧੀਆ ਆ ਗਿਆ, ਪਰ ਇਹਦੇ ਵਿੱਚ ਕੋਈ ਡਿੱਗ, ਕਿਉਂਕਿ ਆਮ ਫਾਰਮਰ ਕਹਿੰਦਾ ਕਿ ਜਦੋਂ ਆਪਾਂ ਛੱਟਾ ਦਿੰਦੇ ਹਾਂ ਤੇ ਇਹ ਡਿੱਗ ਪਏਗੀ ਜੀ ਜੀ, ਹੈ ਨਾ, ਇਹ ਵੀ ਕੋਈ ਹੈਗਾ ਕਿ ਡਿੱਗੇਗੀ ਫਸਲ ਕਿ ਨਹੀਂ ਡਿੱਗੇ? ਇਹ ਸਵਾਲ ਮੈਨੂੰ ਕਾਫੀ ਲੋਕਾਂ ਨੇ ਕੀਤੇ, ਕਿਉਂਕਿ ਜਦੋਂ ਮੈਂ ਪਹਿਲੇ ਸਾਲ ਤਜਰਬਾ ਕੀਤਾ ਸੀ ਨਾ ਤੇ ਇੱਥੇ ਕੋਈ ਕੁਛ ਸੱਜਣ ਸਾਡੇ ਲਾਗੇ ਕੋਈ ਪ੍ਰੋਗਰਾਮ ਸੀ ਉੱਥੇ ਆਏ ਸੀ, ਉਹਨਾਂ ਨੇ ਦੇਖਿਆ, ਉਹਨਾਂ ਨੇ ਮੈਂ ਦੱਸਿਆ ਤਕਨੀਕ, ਉਹ ਦੇਖਣ ਵੀ ਆਏ ਤੇ ਜਿਹੜੀਆਂ ਦੂਜੀਆਂ ਕਣਕਾਂ ਸਾਡੀਆਂ ਉਦੋਂ ਮੈਂ ਤਜਰਬੇ 'ਚ ਹੀ ਸੀਗਾ, ਬਾਕੀ ਕਣਕ ਸਾਡੀਆਂ ਕੁਛ ਧੋੜੀਆਂ ਡਿੱਗੀਆਂ ਵੀ ਸੀਗੀਆਂ, ਇਹ ਬਿਲਕੁਲ ਖੜੀ ਸੀ, ਕਿਉਂਕਿ ਇੱਕ ਸੁਣੀ ਸੁਣਾਈ ਗੱਲ ਹੁੰਦੀ ਹੈ, ਇੱਕ ਬੰਦੇ ਦਾ ਖੁਦ ਦਾ ਤਜਰਬਾ ਹੁੰਦਾ, ਕਿਉਂਕਿ ਮੈਂ ਖੁਦ ਕਰਕੇ ਇਸ ਚੀਜ਼ ਨੂੰ ਦੇਖਿਆ, ਉਹਨਾਂ ਨੂੰ ਦਿਖਾਇਆ ਵੀ, ਦੇਖ ਲਓ ਬਈ ਇਹ ਕਣਕ ਖੜੀ ਹੈ, ਬਾਕੀ ਨਹੀਂ ਡਿੱਗੀਆਂ ਤੇ ਬਾਕੀ ਡਿੱਗ ਪਈਆਂ ਨੇ, ਇਹ ਨਹੀਂ ਡਿੱਗੀ, ਤੇ ਉਹ ਸਾਰਾ ਕੁਝ ਲੋਕਾਂ ਨੇ ਵੀ ਦੇਖਿਆ, ਮੈਂ ਵੀ ਦੇਖਿਆ, ਉਸ ਤੋਂ ਬਾਅਦ ਵੀ ਮੈਂ ਜਦੋਂ ਇਹਨੂੰ ਇਸ ਤਕਨੀਕ ਨੂੰ ਅਪਣਾਇਆ ਪਿਛਲੇ ਸਾਲ ਵੀ, ਇਹ ਕਣਕ ਮਤਲਬ ਇਹ ਨਹੀਂ ਡਿੱਗੀ ਬਿਲਕੁਲ, ਦੂਸਰੀ ਥੋੜ੍ਹੀ ਜਿਹੀ ਕਿਤੇ ਨਾ ਕਿਤੇ ਡਿੱਗ ਪੈਂਦੀ ਸੀ। ਤੁਹਾਨੂੰ ਖੇਤੀਬਾੜੀ ਵਿਭਾਗ ਤੋਂ ਕੋਈ ਗਾਈਡੈਂਸ ਮਿਲਦੀ ਰਹਿੰਦੀ ਹੈ? ਹਾਂਜੀ, ਖੇਤੀਬਾੜੀ ਵਿਭਾਗ ਤੋਂ ਆਪਣੇ ਡਾਕਟਰ ਸਾਹਿਬ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ, ਅਤੇ ਜਦੋਂ ਵੀ ਮੈਨੂੰ ਕੋਈ ਜਾਣਕਾਰੀ ਦੀ ਜ਼ਰੂਰਤ ਪੈਂਦੀ ਹੈ ਮੈਂ ਫੋਨ ਕਰਕੇ ਉਹਨਾਂ ਕੋਲ ਸਲਾਹ ਲੈ ਲੈਂਦੀ। ਕੋਈ ਮੈਗਜ਼ੀਨ ਵੀ ਪੜ੍ਹਦੇ ਆਪਾਂ? ਨਹੀਂ, ਮੈਗਜ਼ੀਨ ਤਾਂ ਮੈਂ ਕੋਈ ਨਹੀਂ ਪੜ੍ਹਦਾ, ਆਪਣੇ ਤਜਰਬੇ ਕਰਦਾ। ਚਲੋ ਵਧੀਆ ਵਾ। ਹੁਣ ਇਹਦੇ ਜੇ ਦੇਖੀਏ ਤੁਸੀਂ ਆਪਣੀ ਜਿਹੜੀ ਜ਼ਮੀਨ ਆ, ਹੁਣ ਜਿਹੜਾ ਖੇਤ ਆ, ਹਾਂਜੀ, ਜਿਹੜੇ ਤੁਸੀਂ ਪਿਛਲੇ ਦੇਖਿਆ ਹੋਇਆ ਕਿ ਜਦੋਂ ਤੁਸੀਂ, ਮੇਰਾ ਖਿਆਲ ਤੁਸੀਂ ਕਹਿ ਰਹੇ ਵੀ ਮੈਂ ਕਾਫੀ ਚਿਰ ਹੋ ਗਿਆ ਕਿ ਪਰਾਲੀ ਨੂੰ ਅੱਗ ਨਹੀਂ ਲਾਈ, ਵਿੱਚ ਇਹ ਮੁੱਢ ਵੱਢ ਦਿੰਦਾ ਪਹਿਲਾਂ ਵੀ ਕੋਈ, ਹਾਂਜੀ, ਜ਼ਮੀਨ ਦਾ ਤੁਹਾਡੀ ਸਿਹਤ ਦਾ ਕੀ ਫਰਕ ਪਿਆ ਤੁਹਾਨੂੰ ਲੱਗਦਾ ਵਾ, ਕਿ ਉਹ ਕੀ ਵਧੀਆ ਕਿ ਜਾਂ ਮਤਲਬ ਕਿੱਦਾਂ? ਅੱਗ ਲਾਉਣ ਦਾ ਇਸ ਤਰ੍ਹਾਂ ਡਾਕਟਰ ਸਾਹਿਬ ਵੀ ਅੱਗ ਪਹਿਲਾਂ ਜਦੋਂ ਇਹ ਤਕਨੀਕ ਸੀ ਨਹੀਂ ਸੀ ਨਾ ਚਲਾਈ, ਉਸ ਤੋਂ ਪਹਿਲਾਂ ਆਪਾਂ ਜਦੋਂ ਕੰਬਾਈਨ ਕੱਟ ਕੇ ਜਾਂਦੀ ਉਹਦੇ ਉੱਪਰ ਜਿਹੜਾ ਫੂਸ ਹੁੰਦਾ ਸੀ ਉਹਨੂੰ ਮੈਂ ਜ਼ਰੂਰ ਚਲਾ ਦਿੰਦਾ ਸੀ, ਅਤੇ ਮੈਂ ਕਦੀ ਮੁੱਢ ਅੱਜ ਤੱਕ ਜ਼ਿੰਦਗੀ 'ਚ ਨਹੀਂ ਕੱਟੇ ਕਟਰ ਨਾਲ, ਅਤੇ ਕਦੇ ਥੱਲੇ ਮਤਲਬ ਸਾਰਿਆਂ ਨੂੰ ਕੱਟ ਕੇ ਮੈਂ ਅੱਗ ਨਹੀਂ ਲਾਈ, ਸਿਰਫ ਫੂਸ ਨੂੰ ਅੱਗ ਲਾਉਂਦਾ ਸੀ ਜਿਹੜਾ ਉੱਪਰ ਹੁੰਦਾ ਸੀ, ਅਤੇ ਬਾਕੀ ਮੈਂ ਹੈਰੋਨਾ ਕੁਤਰ ਕੇ ਪਾਣੀ ਲਾ ਕੇ ਦੁਬਾਰਾ ਵਾਹ ਕੇ ਅਤੇ ਉਹਨੂੰ ਇਸ ਤਰ੍ਹਾਂ ਬੀਜਦਾ ਸੀ। ਪਿਛਲੇ ਸਾਲ ਮੈਂ ਝੋਨਾ ਲਾਉਣ ਤੋਂ ਪਹਿਲਾਂ ਹੀ ਆਪਣੀ ਮਿੱਟੀ ਟੈਸਟ ਕਰਵਾ ਕੇ ਸਾਰੀ 16 ਕਿੱਲਿਆਂ ਦੀ ਮਿੱਟੀ ਚੱਕ ਕੇ ਮੈਂ ਆਪਣਾ ਯੂਨੀਵਰਸਿਟੀ ਖੜ੍ਹੀ ਸੀ, ਉਹਨਾਂ ਚੈੱਕ ਕਰਕੇ ਦੱਸਿਆ ਵੀ ਤੁਹਾਡੀ ਪੈਲੀ ਦੇ ਵਿੱਚ DAP ਖੋਲਿਆ, ਤੁਹਾਨੂੰ ਪਾਉਣ ਦੀ ਲੋੜ ਨਹੀਂ, ਪੋਟਾਸ਼ ਤੁਹਾਡੀ ਖੇਤ 'ਚ ਪੂਰੀ ਹੈਗੀ, ਤੁਹਾਨੂੰ ਛੋਟੇ ਜਿਹੇ ਇੱਕ ਦੋ ਤੱਤ ਨੇ ਜਿਵੇਂ ਮੈਗਨੀਸ਼ੀਅਮ ਹੋ ਗਿਆ ਜਾਂ ਸਲਫਰ ਹੋ ਗਿਆ, ਇਹਦੀ ਥੋੜ੍ਹੀ ਜਿਹੀ ਲੋੜ ਆ, ਜਾਂ ਯੂਰੀਆ ਦੀ ਡੋਜ਼ ਤੁਸੀਂ ਪਾ ਸਕਦੇ ਹੋ, ਅਤੇ ਬਾਕੀ ਮੇਰੀ ਪੈਲੀ ਦੇ ਵਿੱਚ ਉਹਨਾਂ ਸਾਰੇ ਤੱਤ ਕਿਹਾ ਵੀ ਪੂਰੇ ਨੇ ਪੂਰੇ। ਹਾਂਜੀ, ਹੁਣ ਜੇ ਆਪਾਂ ਇੱਕ ਨਵੇਂ ਫਾਰਮਰ ਜਿਹੜੇ ਇਸ ਤਕਨੀਕ 'ਚ ਆਉਣਾ ਚਾਹੁੰਦੇ ਆ, ਉਹਨਾਂ ਬਾਰੇ ਕੀ ਸੁਨੇਹਾ ਤੁਹਾਡਾ? ਮੇਰਾ ਸੁਨੇਹਾ ਤਾਂ ਇਹੀ ਆ ਜੀ, ਦੇਖੋ ਖਰਚੇ ਬਹੁਤ ਜ਼ਿਆਦਾ ਨੇ, ਅਤੇ ਜੇ ਆਪਾਂ ਇੱਕ ਸੁਪਰ ਸੀਡਰ ਲੈਂਦੇ ਹਾਂ ਤਾਂ ਸੁਪਰ ਸੀਡਰ ਲੈਣ ਨਾਲ ਸਾਨੂੰ ਟਰੈਕਟਰ ਵੀ ਲੈਣਾ ਪੈਂਦਾ, ਉਸ ਟਰੈਕਟਰ 'ਤੇ ਸੁਪਰ ਸੀਡਰ ਹੀ ਨਹੀਂ ਚੱਲਦਾ, ਅਤੇ ਇਹ ਇੰਨਾ ਲੋਹਾ ਇਕੱਠਾ ਕਰਨ ਨਾਲੋਂ ਬੰਦੇ ਨੂੰ ਥੋੜ੍ਹਾ ਬਹੁਤ ਤਜਰਬਾ ਕਰਨਾ ਚਾਹੀਦਾ ਜਿਹਦੇ 'ਚ ਖਰਚਾ ਘੱਟ ਕੇ ਅਤੇ ਆਮਦਨ ਬਚ ਹੋ ਸਕੇ, ਅਤੇ ਜੇ ਜ਼ਿਆਦਾ ਨਹੀਂ ਤਾਂ ਮੈਂ ਹਰ ਇੱਕ ਜ਼ਿੰਮੀਦਾਰ ਨੂੰ ਕਹਿੰਦਾ ਕਿ ਜਿਹਦੇ ਕੋਲ ਥੋੜ੍ਹੀ ਪੈਲੀ ਉਹ 4 ਕਨਾਲ 'ਚ ਤਜਰਬਾ ਕਰ ਲਏ, ਜਿਹਦੇ ਕੋਲ ਵੱਧ ਆ ਉਹ 1-2 ਕਿੱਲੇ ਕਰ ਲਏ, ਨੁਕਸਾਨ ਉਹਦੇ 'ਚ ਕੋਈ ਨਹੀਂ ਹੁੰਦਾ, ਇਹ ਮੇਰੀ ਗਰੰਟੀ ਆ। ਜਿਹਨੂੰ ਮੇਰੇ ਲਾਗੇ ਚਾਗੇ ਦਾ ਕੋਈ ਅਗਰ ਕਰਨਾ ਚਾਹੁੰਦਾ ਤਾਂ ਮੇਰੇ ਕੋਲ ਪੁੱਛ ਕੇ ਦੱਸ ਕੇ ਕਰ ਲਵੇ, ਉਹਨੂੰ ਸਾਰੀ ਤਕਨੀਕ ਸਹੀ ਦੱਸਾਂਗਾ, ਮੈਂ ਵੈਸੇ ਵੀ ਜੇ ਕੋਈ ਸਲਾਹ ਲੈਂਦਾ ਤਾਂ ਮੈਂ ਕਦੇ ਕਿਸੇ ਨੂੰ ਗਲਤ ਸਲਾਹ ਨਹੀਂ ਦਿੱਤੀ, ਬਿਲਕੁਲ, ਅਤੇ ਇਹ ਕਰਨਾ ਚਾਹੀਦਾ ਕਰਕੇ ਵੇਖੇ ਆਦਮੀ, ਕਿਉਂਕਿ ਜ਼ਿਆਦਾ ਜਦੋਂ ਆਪਾਂ ਸੁਪਰ ਸੀਡਰ ਨਾ ਕਰਾਉਂਦੇ ਹਾਂ ਜਾਂ ਜ਼ਿਆਦਾ ਹੋਰ ਮਸ਼ੀਨਾਂ ਨਾ ਕਰਾਉਂਦੇ ਹਾਂ, ਇਹ ਕੁਝ ਖਰਚਾ ਬਹੁਤ ਹੁੰਦਾ, ਪੈਸੇ ਬਹੁਤ ਲੱਗਦੇ ਆ, ਇਸ ਤਕਨੀਕ ਦੇ ਵਿੱਚ ਪੈਸੇ ਤਾਂ ਤੁਹਾਡੇ ਕਿਰਾਏ 'ਤੇ ਵੀ ਕਰਾਓਗੇ ਤਾਂ 500-700 ਰੁਪਈਆ ਹੀ ਲੱਗਣਾ, ਜ਼ਿਆਦਾ ਨਹੀਂ ਲੱਗਦਾ, ਅਤੇ ਦੂਸਰਾ ਤੁਹਾਡਾ ਨਦੀਨ ਨਾਸ਼ਕ ਦੇ ਵੀ ਪੈਸੇ ਬਚ ਜਾਣੇ ਆ, ਠੀਕ ਹੈ, ਤੀਸਰੀ ਜਿਹੜੀ ਪਰਾਲੀ ਤੁਹਾਡੀ ਵਿੱਚ ਬਚੀ ਜਾਣੀ ਹੈ ਨਾ, ਤੁਹਾਨੂੰ 2-4 ਸਾਲ ਦੇ ਵਿੱਚ ਦੇਸੀ ਰੂੜੀ ਦੀ ਵੀ ਲੋੜ ਨਹੀਂ ਪੈਣੀ, ਬਿਲਕੁਲ ਬਿਲਕੁਲ, ਕਿਉਂਕਿ ਦੇਸੀ ਰੂੜੀ ਤਾਂ ਆਪਾਂ ਇਹਦੀ ਇਹਦੇ ਵਾਸਤੇ ਪਾਉਂਦੇ ਹਾਂ, ਅਤੇ ਮੈਂ ਕਿ ਜਿੰਨੀ ਪਰਾਲੀ ਹੈ ਸਾਰੀ ਆਪਾਂ ਕੱਢਦੇ ਹਾਂ ਢੇਰਾਂ ਦੇ ਢੇਰ, ਜੇ ਪੈਲੀ 'ਚ ਹੀ ਚਲੇ ਜਾਂਦੀ ਹੈ ਅਤੇ ਇਹਦੀ ਆਪਣੇ ਆਪ ਹੀ ਵਧੀਆ ਸਿਹਤ ਬਣ ਜਾਣੀ ਹੈ ਪੈਲੀ ਦੀ, ਇਹ ਕਰਕੇ ਬੰਦਾ ਤਜਰਬਾ ਜ਼ਰੂਰ ਕਰੇ, ਉਸ ਤੋਂ ਬਾਅਦ ਆਪਣਾ ਜਿਸ ਤਰ੍ਹਾਂ ਮਰਜ਼ੀ ਕਰੇ, ਬਿਲਕੁਲ, ਔਰ ਕਾਮਯਾਬ। ਸੁੱਖ ਸਾਨ ਵੀਰੋ ਸਰਦਾਰ ਬਾਜ ਬਹਾਦਰ ਸਿੰਘ ਜੀ ਉਹਨਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਵਾ, ਜਿਹੜਾ ਕਿ ਇਸ ਵੇਲੇ ਜੇਕਰ ਦੇਖੀਏ ਤਾਂ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਮਾਨਯੋਗ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਜੀ ਨੇ ਵੀ ਮਹਿਕਮੇ ਨੂੰ ਵਿਸ਼ੇਸ਼ ਜਿਹੜੇ ਆਦੇਸ਼ ਦਿੱਤੇ ਨੇ ਵੀ ਇਸ ਤਕਨੀਕ ਬਾਰੇ ਕਿਸਾਨਾਂ ਤੱਕ ਵੱਧ ਤੋਂ ਵੱਧ ਪਹੁੰਚ ਕੀਤੀ ਜਾਵੇ, ਕਿਉਂਕਿ ਸਾਡਾ ਜਿਹੜਾ ਵਾ ਵਿੰਡੋ ਪੀਰੀਅਡ ਜਿਹੜਾ ਵਾ ਕਟਾਈ ਦੇ ਝੋਨੇ ਦੀ ਕਟਾਈ ਦੇ ਵਿੱਚ ਅਤੇ ਕਣਕ ਦੀ ਬਿਜਾਈ ਦੇ ਵਿੱਚ ਥੋੜ੍ਹਾ ਘੱਟ ਜਾਣਾ ਵਾ, ਅਤੇ ਕਿਸਾਨ ਵੀਰ ਹੋ ਸਕਦਾ ਕਿ ਉਹਨੂੰ ਜਿਹੜਾ ਵਾ ਜਲਦੀ ਕਾਹਲੀ ਦੇ ਵਿੱਚ ਅੱਗ ਲਾਉਣ, ਪਰ ਇਹ ਅਜਿਹਾ ਨਹੀਂ ਕਰਨਾ ਆਪਾਂ, ਕਿਉਂਕਿ ਸਾਡੇ ਕੋਲ ਮਸ਼ੀਨਰੀ ਬਹੁਤ ਉਪਲਬਧ ਹੈ, ਵੇਦਰ ਵੀ ਹੈਗੇ ਨੇ, ਹੈਪੀ ਸੀਡਰ ਵੀ ਹੈਗਾ, ਸੁਪਰ ਸੀਡਰ ਵੀ ਹੈਗੇ ਨੇ, ਇਸ ਤਰ੍ਹਾਂ ਜਿਹੜਾ ਵਾ ਇਹ ਸਰਫ ਸੀਡਰ ਵੀ ਹੈਗਾ ਤੁਹਾਡੇ ਕੋਲ ਕੱਟ, ਤੁਹਾਡੇ ਕੋਲ ਪਿੰਡ ਪਿੰਡ ਘਰ ਹੈਗੇ ਨੇ, ਸੋ ਆਪਾਂ ਜੇਕਰ ਇਸ ਤਕਨੀਕ ਦੇ ਨਾਲ ਕਣਕ ਬੀਜਾਂਗੇ ਤਾਂ ਉਹਦੇ 'ਚ ਕੋਈ ਸਮੱਸਿਆ ਨਹੀਂ ਆਉਣੀ। ਤੁਸੀਂ ਆਪਣਾ ਬਾਜ ਬਹਾਦਰ ਸਿੰਘ ਜੀ ਆਪਣਾ ਨੰਬਰ ਇੱਕ ਦੱਸ ਦਿਓ ਜੇ ਤੁਹਾਨੂੰ ਕੋਈ ਕੰਟੈਕਟ ਕਰਨਾ ਚਾਹੁੰਦਾ ਹੋ।
ठीक है जी, मेरा मोबाइल नंबर है जी 9914292260, 99142-92260, ये कलानौर एरिया, कलानौर तो ITI रोड के लागे सड़क के उपर ही मेरा घर आ। कोई विजिट करना चाहता तो वह भी कर सकता, तो जिस किसी ने संपर्क करना तो वह भी कर सकता, सलाह लेना चाहता तो दे दें। बिल्कुल बिल्कुल, कुछ किसान भीरो जिस तरह इन्होंने अपना नंबर भी सेंड करता, तुम्हें दसता वा मोबाइल नंबर, तो आप किसी तरह की कोई भी जी शक शुबा जोड़ा वा वो आप जो वा इन्होंने साझा कर सकते हैं, क्योंकि इन्होंने तजर्बा वा। और भी काफ़ी किसान भीर इस लड़ी के जोड़े तजर्बे साझे करते रहने, आस है कि तुम जरा वा इस तकनीक वरत के यह जरा जोड़े को टाइम जोड़ा वा उन्होंने आप सेव कर सकेंगे, अपने खर्चे घटा सकेंगे, तो वातावरण बता सकेंगे। तो वातावरण जो बच गया तो साढ़े अपने आप ही रोग जोड़े आ कई तरह की बीमारियां जी बचेंगे, साडा पंजाब रंगला होगा, साडा गुरदासपुर जिला जोड़ा वा वो बिल्कुल जीरो बर्निंग होगा। सो आस है कि तुम इन पाचिर चल के अपनी कणक की बिजाई जी इस तकनीक के नाल जोड़ा वा वो शुरुआत करोगे, तो घट्टो घट्ट मेरा ख्याल कि जिदा इन्होंने गल की है कि किला अद्धा किला हर एक फार्मर जिन्हें भी करनी, मतलब वैसे कर लो कोई प्रॉब्लम नहीं है, क्योंकि इस वे जी बिल्कुल जी स्कीम जी अपनी प्रैक्टिस आ बिल्कुल गरंटी वाली आ, यूनिवर्सिटी वालों सिफारिश कर दी गई है, कोई समस्या नहीं है। पर फिर भी जरा अपने वत्तर के हिसाब न, क्योंकि कुछ ये दो तरह दड़िया हड्डिया पैलियां ने ज़्यादा सीढ़ी वाली जिते कि पानी खलो जाता वा, जलराड़ियाँ ने उत्थे आप थोड़ा नहीं बीजना। सो सारे का बहुत बहुत धन्यवाद, बाज बहादुर सिंह का भी बहुत बहुत धन्यवाद जिन्होंने के अपना टाइम कट के जी अपने चार समझे किए हैं। सो आ सके तुम इस गांह जोड़ा वाल जोड़े ते दोस्त मित्र ने आंढ़ी गुआढ़ी उन्होंने शेयर करोगे, ता जो उन्होंने तक भी यह ज्ञान पहुँचे, वो तो वह शेयर करेंगे, क्यों साढ़े को इस वे तकनोलॉजी बहुत है, सोशल मीडिया बहुत है, तुम गांह तो गांह वधा सकते जी। सो सारे का बहुत बहुत धन्यवाद, सत श्री अकाल।